ਆਖੇ ਆਪੇ ਫਾਥੜੀਏ ਨੀ ਤੈਨੂੰ ਕੌਣ ਛਡਾਏ। ਅਤੇ ਹੁਣ ਇਹੀ ਗੱਲ ਆਮ ਆਦਮੀ ਪਾਰਟੀ ਨਾਲ ਹੋਈ ਪਈ ਹੈ। ਅੱਜ ਆਮ ਆਦਮੀ ਪਾਰਟੀ ਦਾ ਇੱਕ ਫੈਸਲਾ ਸਾਹਮਣੇ ਆਇਆ ਜਿਸ ਦੀ ਬਹੁਤ ਖਿੱਲੀ ਉੱਡ ਰਹੀ ਹੈ, ਮਜ਼ਾਕ ਉੱਡ ਰਿਹਾ ਹੈ, ਮੀਡੀਆ 'ਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਅਤੇ ਸੋਸ਼ਲ ਮੀਡੀਆ 'ਤੇ ਵੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ। ਫੈਸਲਾ ਕੀ ਹੈ? ਅੱਜ ਦੇ ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਉੱਪਰ ਇੱਕ ਵੱਡੀ ਸਾਰੀ ਖਬਰ ਛਪੀ ਹੈ ਕਿ ਆਮ ਆਦਮੀ ਪਾਰਟੀ ਨੇ 300 ਤੇ 1 ਅਧਿਆਪਕਾਂ ਦੀ ਪਦ ਉੱਨਤੀ ਕੀਤੀ, ਮਤਲਬ ਉਹਨਾਂ ਦੀ ਤਰੱਕੀ ਕੀਤੀ, ਉਹਨਾਂ ਨੂੰ ਪ੍ਰਮੋਸ਼ਨ ਕੀਤੀ, ਮਾਸਟਰ ਤੋਂ ਉਹਨਾਂ ਨੂੰ ਲੈਕਚਰਾਰ ਬਣਾ ਦਿੱਤਾ ਅਤੇ ਲੈਕਚਰਾਰ ਬਣਾਇਆ ਕਹਿੰਦੇ ਅੰਗਰੇਜ਼ੀ ਦੇ, ਇੰਗਲਿਸ਼ ਦੇ। ਅਤੇ ਹਾਸੋ ਹੀ ਨਹੀਂ ਗੱਲ, ਇਹ ਤਾਂ ਬਣਾਈ ਜਾ ਰਹੀ ਹੈ, ਮਜ਼ਾਕ ਇਸ ਕਰਕੇ ਉਡਾ ਰਹੇ ਨੇ, ਕਹਿੰਦੇ ਵੀ 301 ਜਿਹੜੇ ਟੀਚਰਾਂ ਨੂੰ ਅੰਗਰੇਜ਼ੀ ਦੇ ਲੈਕਚਰਾਰ ਬਣਾਇਆ ਗਿਆ ਉਹਨਾਂ 'ਚੋਂ 298 ਨੇ ਕਦੇ ਅੰਗਰੇਜ਼ੀ ਪੜ੍ਹਾਈ ਨਹੀਂ, ਉਹ ਅੰਗਰੇਜ਼ੀ ਦੇ ਟੀਚਰ ਕਦੇ ਰਹੇ ਹੀ ਨਹੀਂ ਅਤੇ ਉਹ ਕੀ ਪੜ੍ਹਾਉਂਦੇ ਰਹੇ। ਇਹ ਜਿਹੜਾ ਤੁਹਾਨੂੰ ਮੈਂ ਰਿਪੋਰਟ ਪੂਰੀ ਸੁਣਾ ਦਿਆਂ, ਬੜੀ ਰੌਚਕ ਗੱਲ ਹੈ ਜਿਹੜੀ ਅੱਜ ਦੀ ਇਸ ਖਬਰ ਦੇ ਵਿੱਚ ਪੇਸ਼ ਕੀਤੀ ਹੈ। ਉਹਨਾਂ ਦੇ ਵਿੱਚੋਂ 127 ਸਾਇੰਸ ਪੜ੍ਹਾਉਂਦੇ ਰਹੇ ਨੇ, 102 ਜਿਹੜੇ ਨੇ ਉਹ ਜਿਹੜੀ ਆ ਸੋਸ਼ਲ ਸਟੱਡੀ ਜਿਹਨੂੰ ਸਮਾਜਿਕ ਸਿੱਖਿਆ ਕਹਿੰਦੇ ਆ ਉਹ ਪੜ੍ਹਾਉਂਦੇ ਰਹੇ ਨੇ, 41 ਮੈਥ ਪੜ੍ਹਾਉਂਦੇ ਰਹੇ ਨੇ, ਹਿੰਦੀ 16 ਪੜ੍ਹਾਉਂਦੇ ਰਹੇ ਨੇ ਔਰ 7 ਪੰਜਾਬੀ ਪੜ੍ਹਾਉਂਦੇ ਰਹੇ ਨੇ ਅਤੇ 4 ਜਿਹੜੇ ਨੇ ਉਹ ਖੇਤੀਬਾੜੀ ਦਾ ਵਿਸ਼ਾ ਪੜ੍ਹਾਉਂਦੇ ਰਹੇ ਨੇ ਅਤੇ 1 ਤਾਂ ਹੈ ਜਿਹੜਾ ਸਰੀਰਕ ਸਿੱਖਿਆ ਪੜ੍ਹਾਉਂਦਾ ਰਿਹਾ ਅਤੇ ਇਹਨਾਂ 'ਚੋਂ ਸਿਰਫ 4 ਹੀ ਨੇ ਜਿਹੜੇ ਅੰਗਰੇਜ਼ੀ ਪੜ੍ਹਾਉਂਦੇ ਰਹੇ ਨੇ ਅਤੇ ਇਹਨਾਂ ਸਾਰਿਆਂ ਨੂੰ ਚੁੱਕ ਕੇ ਅਤੇ ਅੰਗਰੇਜ਼ੀ ਦੇ ਲੈਕਚਰਾਰ ਬਣਾ ਦਿੱਤਾ ਗਿਆ। ਇਹ ਖਬਰ ਦੀ ਪੂਰੀ ਖਿੱਲੀ ਉੱਡ ਰਹੀ ਹੈ, ਮਜ਼ਾਕ ਉੱਡ ਰਿਹਾ। ਹੁਣ ਇਹਦੇ 'ਤੇ ਤਾਂ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਆਪਣੀ ਸਫਾਈ ਦੇਵੇਗਾ ਤਾਂ ਫਿਰ ਸੱਚਾਈ ਸਾਹਮਣੇ ਆਵੇਗੀ ਵੀ ਅਸਲ ਮਾਜਰਾ ਕੀ ਹੈ, ਅਸਲ ਕਹਾਣੀ ਕੀ ਹੈ। ਪਰ ਵਿਰੋਧੀ ਪਾਰਟੀਆਂ ਵਾਲਿਆਂ ਨੇ ਵੀ ਪੂਰੀ ਤਿਆਰੀ ਖਿੱਚ ਦਿੱਤੀ ਹੈ ਔਰ ਜਿਹੜੇ ਬਿਕਰਮਜੀਤ ਮਜੀਠੀਆ ਨੇ ਉਹਨਾਂ ਨੇ ਵੀ ਪੂਰੀ ਖਿੱਲੀ ਉਡਾਈ ਆਮ ਆਦਮੀ ਸਰਕਾਰ ਦੀ। ਜਿਹੜੇ ਬੀਬੀ ਹਰਸਿਮਰਤ ਬਾਦਲ ਹੈ ਮਜੀਠੀਆ ਦੇ ਭੈਣ, ਅਕਾਲੀ ਦਲ ਦੇ ਆਗੂ, ਉਹਨਾਂ ਨੇ ਵੀ ਪੂਰਾ ਇਹਦੇ 'ਤੇ ਚਟਕਾਰੇ ਲੈ ਕੇ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਕਿਵੇਂ ਦੀ ਅਕਲ ਹੈ, ਕਿਵੇਂ ਦੀ ਮੱਤ ਹੈ ਵੀ ਜਿਹੜੇ ਟੀਚਰਾਂ ਨੇ ਕਦੇ ਅੰਗਰੇਜ਼ੀ ਪੜ੍ਹਾਈ ਨਹੀਂ, ਉਹ ਕਦੀ ਅੰਗਰੇਜ਼ੀ ਦੇ ਟੀਚਰ ਰਹੇ ਹੀ ਨਹੀਂ, ਜਿਹੜਾ ਹੁਣ ਸਰੀਰਕ ਸਿੱਖਿਆ ਵਾਲਾ ਹੈ ਉਹ ਕੀ ਅੰਗਰੇਜ਼ੀ ਪੜ੍ਹਾਊ, ਜਿਹੜਾ ਪੰਜਾਬੀ ਵਾਲਾ, ਜਿਹੜਾ ਸਮਾਜਿਕ ਸਿੱਖਿਆ ਵਾਲਾ ਕੀ ਉਹ ਅੰਗਰੇਜ਼ੀ ਪੜ੍ਹਾ ਲੂਗਾ। ਇਸ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਨੇ। ਹੁਣ ਤੁਹਾਨੂੰ ਕੀ ਲੱਗਦਾ, ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਕਿ ਪੰਜਾਬ ਸਰਕਾਰ ਨੇ ਇਹ ਸਹੀ ਕੰਮ ਕੀਤਾ, ਸਹੀ ਫੈਸਲਾ ਸਿੱਖਿਆ ਵਿਭਾਗ ਦਾ, ਜਾਂ ਸੱਚਮੁੱਚ ਇਹ ਹਾਸੋਹੀਣਾ ਲੱਗਦਾ। ਦੇਖੋ ਇਹਦੇ 'ਤੇ ਪੰਜਾਬ ਸਰਕਾਰ ਨੂੰ ਸਾਹਮਣੇ ਆ ਕੇ ਜ਼ਰੂਰ ਆਪਣਾ ਪੱਖ ਰੱਖਣਾ ਚਾਹੀਦਾ। ਹੋ ਸਕਦਾ ਪੰਜਾਬ ਸਰਕਾਰ ਨੇ ਕੋਈ ਟੈਸਟ ਲੈ ਲਿਆ ਹੋਵੇ ਵੱਖਰਾ ਅੰਗਰੇਜ਼ੀ ਦਾ ਅਤੇ ਉਹ ਟੈਸਟ ਪਾਸ ਕਰਕੇ ਹੋਣ ਅਤੇ ਫਿਰ ਉਹਨਾਂ ਨੂੰ ਪਦ ਉੱਨਤ ਕਰਕੇ ਅਤੇ ਅੰਗਰੇਜ਼ੀ ਦੇ ਲੈਕਚਰਾਰ ਬਣਾਇਆ ਗਿਆ ਹੋਵੇ, ਇਹ ਹੋ ਸਕਦਾ। ਪਰ ਅਜੇ ਤੱਕ ਪੰਜਾਬ ਸਰਕਾਰ ਦਾ ਪੱਖ ਇਹਦੇ ਉੱਪਰ ਸਾਹਮਣੇ ਨਹੀਂ ਆਇਆ ਅਤੇ ਜੋ ਸਾਹਮਣੇ ਆਇਆ ਉਹ ਇਹੀ ਹੈ ਕਿ ਸਿਰਫ
301 ਅੰਗਰੇਜ਼ੀ ਦੇ ਬਣਾਏ ਲੈਕਚਰਾਂ ਚੋਂ ਸਿਰਫ 4 ਨੇ ਜਿਹੜੇ ਅੰਗਰੇਜ਼ੀ ਪੜ੍ਹਾਉਂਦੇ ਰਹੇ ਆ, ਪੜ੍ਹਾ ਸਕਦੇ ਆ, ਅਤੇ ਬਾਕੀ ਦੂਜੇ ਵਿਸ਼ਿਆਂ ਦੇ ਆ। ਜਿੱਥੋਂ ਤੱਕ ਆਮ ਲੋਕ ਸੋਚਦੇ ਨੇ, ਸਾਰਿਆਂ ਦਾ ਇਹੀ ਕਹਿਣਾ ਕਿ ਹੁਣ ਇੱਕ ਪੰਜਾਬੀ ਵਾਲਾ ਜਿਹੜਾ ਲੈਕਚਰਰ ਹੈ, ਜਦੋਂ ਆਪਾਂ ਟੀਚਰਾਂ ਤੋਂ ਪੁੱਛਦੇ ਹਾਂ, ਬੱਚੇ ਅਗਰ ਅੰਗਰੇਜ਼ੀ ਦੀ ਕਿਤਾਬ ਲੈ ਕੇ ਪੰਜਾਬੀ ਵਾਲੇ ਅਧਿਆਪਕ ਕੋਲ ਚਲੇ ਜਾਣ, ਤਾਂ ਉਹ ਸਿੱਧਾ ਕਹਿ ਦਿੰਦਾ ਵੀ ਪੁੱਤਰ ਪੜ੍ਹਾਉਣ ਨੂੰ ਮੈਂ ਪੜ੍ਹਾ ਦਿਆਂ, ਪਰ ਮੈਂ ਤਾਂ ਕਦੇ ਅੰਗਰੇਜ਼ੀ ਪੜ੍ਹਾਈ ਨਹੀਂ, ਮੈਂ ਤਾਂ ਪੰਜਾਬੀ ਦਾ। ਜੇਕਰ ਬੱਚੇ ਅੰਗਰੇਜ਼ੀ ਦੀ ਕਿਤਾਬ ਚੁੱਕ ਕੇ ਅਤੇ ਸਮਾਜਿਕ ਸਿੱਖਿਆ ਵਾਲੇ ਕੋਲ ਚਲੇ ਜਾਣ, ਤਾਂ ਉਹ ਵੀ ਇਹੀ ਕਹੇਗਾ ਵੀ ਮੇਰੇ ਤੋਂ ਤੁਸੀਂ ਨਾ ਮਤਲਬ ਮਹਾਰਾਜਾ ਰਣਜੀਤ ਸਿੰਘ ਬਾਰੇ ਪੁੱਛੋ, ਮੇਰੇ ਤੋਂ ਤੁਸੀਂ ਅਲਤੁਤਮਿਸ਼ ਬਾਰੇ ਪੁੱਛੋ, ਮੇਰੇ ਤੋਂ ਤੁਸੀਂ ਬਾਬਰ ਬਾਰੇ ਪੁੱਛ ਲਓ, ਪਰ ਮੈਨੂੰ ਅੰਗਰੇਜ਼ੀ ਵਾਲਾ ਕੰਮ ਇਹ ਨਾ ਮੇਰੇ ਤੋਂ ਕਰਾਓ। ਜੇਕਰ ਜਵਾਕ ਫਿਜੀਕਲ ਐਜੂਕੇਸ਼ਨ ਸਰੀਰਕ ਸਿੱਖਿਆ ਦੇ ਟੀਚਰ ਕੋਲ ਅੰਗਰੇਜ਼ੀ ਦੀ ਕਿਤਾਬ ਲੈ ਕੇ ਚਲੇ ਜਾਣ, ਉਹ ਕੀ ਕਹੇਗਾ? ਉਹ ਕਹੇਗਾ ਕਿ ਮੇਰੇ ਕੋਲੋਂ ਤੁਸੀਂ ਲੰਬੀ ਛਾਲ ਬਾਰੇ ਪੁੱਛੋ, ਛੋਟੀ ਛਾਲ ਬਾਰੇ ਪੁੱਛੋ, ਉੱਚੀ ਛਾਲ ਬਾਰੇ ਪੁੱਛੋ, ਹੈਂਡਬਾਲ ਬਾਰੇ ਪੁੱਛੋ, ਕਬੱਡੀ ਬਾਰੇ ਪੁੱਛੋ, ਪਰ ਆਹ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਅੰਗਰੇਜ਼ੀ ਦੇ ਲੈਸਨ ਪੜ੍ਹਾਵਾਂ, ਇਹ ਨਹੀਂ ਮੈਂ ਪੜ੍ਹਾ ਸਕਦਾ। ਅਤੇ ਪੰਜਾਬ ਸਰਕਾਰ ਨੇ ਭਾਈ ਪਦ ਉੱਨਤੀ ਕੀਤੀ ਹੈ 301 ਟੀਚਰਾਂ ਦੀ। ਦੇਖੋ, ਪੰਜਾਬ ਸਰਕਾਰ ਨੇ ਹੁਣ ਤੱਕ ਕਈ ਐਸੇ ਫੈਸਲੇ ਕੀਤੇ ਆ ਜਿਨ੍ਹਾਂ ਦੇ ਉੱਪਰ ਸਵਾਲ ਉੱਠੇ, ਅਤੇ ਫਿਰ ਭਗਵੰਤ ਮਾਨ ਸਰਕਾਰ ਨੇ ਉਹ ਫੈਸਲੇ ਵਾਪਸ ਲਏ। ਹੁਣ ਤੱਕ ਦਰਜਨਾ ਫੈਸਲੇ ਆ ਆਮ ਆਦਮੀ ਸਰਕਾਰ ਦੇ, ਜਿਹੜੇ ਫੈਸਲੇ ਕਰਨ ਤੋਂ ਬਾਅਦ, ਲਾਗੂ ਕਰਨ ਤੋਂ ਬਾਅਦ, ਈਵਨ ਕਿ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਕਈ ਫੈਸਲੇ ਵਾਪਸ ਲਏ ਨੇ। ਅਤੇ ਇਹਦੀਆਂ ਦੋ ਪੱਖ ਨੇ, ਕੁਝ ਲੋਕ ਤਾਂ ਕਹਿੰਦੇ ਨੇ ਵੀ ਵੇਖੋ ਇਹ ਸਰਕਾਰ ਕਿਹੋ ਜਿਹੀ ਹੈ, ਅਤੇ ਕੁਝ ਇਹ ਵੀ ਕਹਿੰਦੇ ਨੇ ਵੀ ਭਾਈ ਇਹ ਵੀ ਇੱਕ ਚੰਗੀ ਗੱਲ ਹੈ, ਇਹ ਵੀ ਇੱਕ ਬਹਾਦਰੀ ਦੀ ਗੱਲ ਹੈ, ਜੇਕਰ ਕੋਈ ਫੈਸਲਾ ਗਲਤ ਹੋ ਗਿਆ ਤਾਂ ਅਗਲਿਆਂ ਨੇ ਉਹਨੂੰ ਵਾਪਸ ਲੈ ਲਿਆ ਤਾਂ ਇਹ ਵੀ ਇੱਕ ਚੰਗੀ ਗੱਲ ਹੈ। ਪਹਿਲਾਂ ਵਾਲੀਆਂ ਸਰਕਾਰਾਂ ਸੀ, ਉਹਨਾਂ ਤੋਂ ਚਾਹੇ ਕੋਈ ਗਲਤ ਫੈਸਲਾ ਹੋ ਜਾਂਦਾ ਤਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਵੀ ਉਹ ਕਦੇ ਵਾਪਸ ਨਹੀਂ ਸੀ ਲੈਂਦੀਆਂ, ਉਹ ਆਪਣੇ ਫੈਸਲੇ 'ਤੇ ਅੜ ਜਾਂਦੀਆਂ ਸੀ, ਖੜ ਜਾਂਦੀਆਂ ਸੀ। ਲੋਕ ਚਾਹੇ ਧਰਨੇ, ਮੁਜ਼ਾਹਰੇ, ਰੈਲੀਆਂ, ਰੋਡ ਜਾਮ ਕਰੀ ਜਾਣ, ਪਰ ਉਹ ਆਪਣਾ ਫੈਸਲਾ ਨਹੀਂ ਸੀ ਵਾਪਸ ਲੈਂਦੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਇਹ ਸਾਡੀ ਚੰਗੀ ਗੱਲ ਹੈ, ਇਹ ਜਮਹੂਰੀ ਅਤੇ ਲੋਕਤੰਤਰਕ ਗੱਲ ਆ ਵੀ ਅਸੀਂ ਆਪਦਾ ਫੈਸਲਾ ਵਾਪਸ ਲੈ ਲੈਂਦੇ ਹਾਂ। ਪਰ ਆਲੋਚਕ ਕਹਿੰਦੇ ਨੇ ਵੀ ਪਹਿਲਾਂ ਹੀ ਥੋੜ੍ਹਾ ਜਿਹਾ ਸੋਚ ਕੇ ਫੈਸਲਾ ਕਰ ਲਿਆ ਜਾਵੇ, ਪਹਿਲਾਂ ਥੋੜ੍ਹੀਆਂ ਜਿਹੀਆਂ ਰਾਇਆਂ ਕਰਕੇ, ਥੋੜ੍ਹਾ ਜਿਹਾ ਜਿਹੜੇ ਮਾਹਰ ਨੇ ਕਿਸੇ ਖੇਤਰ ਦੇ ਉਹਨਾਂ ਨਾਲ ਸਲਾਹ ਕਰਕੇ ਫੈਸਲਾ ਲਿਆ ਜਾਵੇ, ਜਾਂ ਕਾਨੂੰਨੀ ਮਾਹਰਾਂ ਦੀ ਚੰਗੀ ਤਰ੍ਹਾਂ ਰਾਇ ਲੈ ਕੇ, ਜਾਂ ਤਜਰਬੇਕਾਰ ਵਿਅਕਤੀਆਂ ਦੀ ਚੰਗੀ ਤਰ੍ਹਾਂ ਰਾਇ ਲੈ ਕੇ ਫੈਸਲਾ ਲਿਆ ਜਾਵੇ, ਤਾਂ ਫਿਰ ਉਹਨੂੰ ਵਾਪਸ ਨਹੀਂ ਕਰਨਾ ਪੈਂਦਾ, ਫਿਰ ਉੱਤੇ ਯੂਟਰਨ ਮਾਰਨ ਦੀ ਲੋੜ ਨਹੀਂ ਪੈਂਦੀ। ਤਾਂ ਆਮ ਆਦਮੀ ਪਾਰਟੀ ਨੇ ਹੁਣ ਇਹ ਜਿਹੜਾ ਫੈਸਲਾ ਕੀਤਾ ਹੈ, ਹੁਣ ਵੇਖਣਾ ਹੋਏਗਾ ਕਿ ਕੀ ਆਮ ਆਦਮੀ ਪਾਰਟੀ ਇਹਦੇ 'ਤੇ ਯੂਟਰਨ ਲਏਗੀ, ਇਸ ਫੈਸਲੇ ਨੂੰ ਵਾਪਸ ਕਰੇਗੀ, ਜਾਂ ਇਸ ਫੈਸਲੇ 'ਤੇ ਖੜੇਗੀ। ਜੇ ਤਾਂ ਆਮ ਆਦਮੀ ਪਾਰਟੀ ਨੇ ਫੈਸਲਾ ਪੂਰੇ ਨਿਯਮਾਂ ਤਹਿਤ ਲਿਆ, ਮੁੱਖ ਦੀ ਗੱਲ ਵੀ ਜੇ ਤਾਂ ਉਹ 301 ਅਧਿਆਪਕ ਜਿਹੜੇ ਅੰਗਰੇਜ਼ੀ ਦੇ ਲੈਕਚਰਾਰ ਬਣਾਏ ਗਏ ਨੇ, ਜੇ ਤਾਂ ਉਹ ਅੰਗਰੇਜ਼ੀ ਦਾ ਕੋਈ ਟੈਸਟ ਉਹਨਾਂ ਨੇ ਪਾਸ ਕੀਤਾ ਹੈ, ਜਾਂ ਉਹਨਾਂ ਤੋਂ ਵੱਖਰੇ ਤੌਰ 'ਤੇ ਅੰਗਰੇਜ਼ੀ ਦਾ ਕੋਈ ਟੈਸਟ ਲਿਆ ਗਿਆ, ਫਿਰ ਤਾਂ ਠੀਕ ਹੈ। ਪਰ ਜੇ ਇੰਝ ਨਹੀਂ ਹੋਇਆ ਤਾਂ ਫਿਰ ਸਵਾਲ ਉੱਠਣੇ ਵਾਜਬ ਨੇ
ਜੇ ਪੰਜਾਬ ਸਰਕਾਰ ਨੇ ਕੋਈ ਹੋਰ ਮੈਰਿਟ ਬਣਾਈ ਹੈ, ਮੰਨ ਲਓ ਉਹਨਾਂ ਦੇ ਜਿਹੜੇ ਉਹਨਾਂ ਦੀ ਐਜੂਕੇਸ਼ਨ ਹੈ ਤਾਂ ਉਹਦੇ ਵਿੱਚ ਪੜ੍ਹੇ ਗਏ ਵਿਸ਼ਿਆਂ ਦੇ ਵਿੱਚ ਉਹਨਾਂ ਨੇ ਅੰਗਰੇਜ਼ੀ ਦੇ ਨੰਬਰ ਚੁੱਕੇ ਨੇ ਅਤੇ ਜਿਨ੍ਹਾਂ ਦੇ ਨੰਬਰ ਵੱਧ ਨੇ ਉਹਨਾਂ ਨੂੰ ਅੰਗਰੇਜ਼ੀ ਦੇ ਲੈਕਚਰਰ ਵਜੋਂ ਤਰੱਕੀ ਦਿੱਤੀ ਹੈ ਤਾਂ ਫਿਰ ਵੀ ਇਹ ਗੱਲ ਵਾਜਬ ਹੈ। ਪਰ ਹੁਣ ਗੱਲ ਇਹ ਆ ਵੀ ਇਹਦੇ 'ਤੇ ਦੱਸਣਾ ਕਿਹਨੇ ਆ, ਇਹਦੇ 'ਤੇ ਦੱਸਣਾ ਤਾਂ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਸਰਕਾਰ ਨੂੰ ਪੈਣਾ। ਇਹਦੇ 'ਤੇ ਤਾਂ ਸਿੱਖਿਆ ਮੰਤਰੀ ਸਾਹਿਬ ਸਾਹਮਣੇ ਆਉਣ, ਖੁਦ ਹਰਜੋਤ ਬੈਂਸ ਸਾਹਿਬ, ਅਤੇ ਫਿਰ ਗੱਲ ਬਣੇਗੀ। ਭਾਵੇਂ ਕਿ ਹਰਜੋਤ ਬੈਂਸ ਸਾਹਿਬ ਦੇ ਉੱਪਰ ਵੀ ਵੱਡੇ ਦੋਸ਼ ਲੱਗੇ ਨੇ। ਇੱਕ ਮਹਿਲਾ ਇੰਸਪੈਕਟਰ ਜਿਹੜੀ ਅਮਨਜੋਤ ਕੌਰ ਹੈ ਉਹਨੇ ਬਹੁਤ ਗੰਭੀਰ ਦੋਸ਼ ਲਾਏ ਨੇ ਕਿ 100 ਕਰੋੜ ਦੇ ਫਰਾਡ ਮਾਮਲੇ ਦੇ ਵਿੱਚ ਉਹ ਕਹਿੰਦੀ ਕਿ ਮੁੱਖ ਦੋਸ਼ੀ ਦੀ ਇਹ ਮਦਦ ਕਰ ਰਿਹਾ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। DGP ਸਾਹਿਬ ਨੂੰ 4 ਪੇਜਾਂ ਦੀ ਚਿੱਠੀ ਲਿਖੀ ਗਈ ਸਿੱਖਿਆ ਮੰਤਰੀ ਦੇ ਖਿਲਾਫ, ਔਰ ਉਹਨਾਂ ਦੀ ਪਤਨੀ ਜਿਹੜੀ IPS ਅਫਸਰ ਹੈ ਜੋਤੀ ਯਾਦਵ ਉਹਦੇ ਖਿਲਾਫ, ਅਤੇ ਅੱਜ ਉਹਦੀ ਸ਼ਿਕਾਇਤ ਦੇ ਉੱਪਰ ਇੱਕ ਜਾਂਚ ਟੀਮ ਦਾ ਗਠਨ ਕਰਨਾ ਪਿਆ। ਜਾਂਚ ਟੀਮ ਦੇ ਵਿੱਚ 3 ਵੱਡੇ ਅਫਸਰ ਨਿਯੁਕਤ ਕੀਤੇ ਗਏ ਨੇ, ਜਿਹੜੇ ਸਿੱਖਿਆ ਮੰਤਰੀ ਅਤੇ ਉਹਦੀ ਘਰਵਾਲੀ ਬਾਰੇ ਇਹ ਜਾਂਚ ਕਰਨਗੇ, ਪੜਤਾਲ ਕਰਨਗੇ ਕਿ ਕਿਤੇ ਵਾਕਿਆ ਹੀ ਜਿਹੜੀ ਸ਼ਿਕਾਇਤ ਕਿਰਨਜੋਤ ਜਿਹੜੀ ਮਹਿਲਾ ਇੰਸਪੈਕਟਰ ਉਹਨੇ ਕੀਤੀ ਹੈ ਉਹਦੇ 'ਚ ਕੋਈ ਦਮ ਹੈ ਜਾਂ ਉਹ ਝੂਠ ਹੈ। ਉਂਝ ਇੱਥੇ ਦੱਸਦੀ ਹੈ ਵੀ ਸਿੱਖਿਆ ਮੰਤਰੀ ਸਾਹਿਬ ਨੇ ਕਹਿ ਤਾ ਸੀ ਪਿਛਲੇ ਦਿਨੀ, ਉਹਨਾਂ ਦੀ ਪਤਨੀ ਨੇ ਵੀ ਇਹ ਝੂਠ ਬੋਲ ਰਹੀ ਹੈ, ਸਾਡੇ 'ਤੇ ਦੋਸ਼ ਝੂਠੇ ਨੇ, ਅਸੀਂ ਇਹਦੇ 'ਤੇ ਮਾਨਹਾਨੀ ਦਾ ਕੇਸ ਕਰਾਂਗੇ। ਪਰ ਜਿਹੜਾ ਫੈਸਲਾ ਅੱਜ ਆਇਆ 301 ਲੈਕਚਰਾਂ ਵਾਲਾ, ਇਹਦੇ ਉੱਪਰ ਸਿੱਖਿਆ ਮੰਤਰੀ ਸਾਹਿਬ ਹਰਜੋਤ ਬੈਂਸ ਜੀ ਨੂੰ ਜ਼ਰੂਰ ਆਪਣਾ ਪੱਖ ਰੱਖਣਾ ਚਾਹੀਦਾ ਕਿ ਇਹਦੀ ਸੱਚਾਈ ਕੀ ਆ, ਇਹਦੀ ਅਸਲੀਅਤ ਕੀ ਆ। ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ, ਤੁਹਾਨੂੰ ਕੀ ਜਾਪਦਾ, ਤੁਸੀਂ ਕੀ ਕਹੋਗੇ। ਬਹੁਤ ਮਿਹਰਬਾਨੀ, ਸ਼ੁਕਰੀਆ।